ਥਾਣਾ ਚੰਡੇੜ ਦੇ ਪਿੰਡ ਨਵਾਂ ਪਿੰਡ ਦੀ ਰਹਿਣ ਵਾਲੀ ਮਹਿਲਾ ਦਾ ਕਤਲ ਕਰਨ ਵਾਲੇ ਉਸਦੇ ਪ੍ਰੇਮੀ ਨੂੰ ਥਾਣਾ ਚੰਡੇੜ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ DSP ਅਜਨਾਲਾ ਵਿਪਨ ਕੁਮਾਰ ਨੇ ਦੱਸਿਆ ਕਿ ਦੋਸ਼ੀ ਜਸਬੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਇਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਸ਼ੀ ਨੇ ਮਹਿਲਾ ਦਾ ਕਤਲ ਰੱਸੀ ਨਾਲ ਗਲਾ ਘੋਟ ਕੇ ਕੀਤਾ ਸੀ। ਪਿਆਰਾ ਸਿੰਘ ਵਾਸੀ ਚਿਤੌੜਗੜ੍ਹ, ਹੁਣ ਇਹ ਗੋਲਡਨ ਕਲੋਨੀ ਨਵਾਂ ਪਿੰਡ ਝੰਡੇਰ 'ਚ ਕਿਰਾਏ 'ਤੇ ਰਹਿੰਦਾ। ਇਹਦੀ ਪਤਨੀ ਗੁਰਮੀਤ ਕੌਰ ਔਰ ਉਹ ਵੀ ਇਹਦੇ ਨਾਲ ਰਹਿੰਦੀ ਹੈ, ਦੋ ਬੱਚੇ ਨੇ। ਇਸਨੇ ਸਾਨੂੰ ਕੱਲ੍ਹ ਸਵੇਰੇ ਇਤਲਾਹ ਦਿੱਤੀ ਕਿ ਉਹ ਕੰਮ 'ਤੇ ਗਿਆ ਹੋਇਆ ਸੀ, ਤੋ ਜਦੋਂ ਸ਼ਾਮ ਨੂੰ ਕੰਮ ਤੋਂ ਵਾਪਸ ਆਇਆ ਤਾਂ ਇਸਨੇ ਜਾਂ ਜਸਬੀਰ ਸਿੰਘ ਸਾਨੂੰ ਮਹਿੰਦਰ ਸਿੰਘ ਰੈਜੀਡੈਂਟ ਆਫ ਬੱਲ ਬਾਵਾ ਪਿੰਡ ਹੈ, ਇਹਦੇ ਘਰ ਦੇ ਵਿੱਚ ਜਿਹੜਾ ਇਹਦੀ ਵਾਈਫ ਗੁਰਮੀਤ ਕੌਰ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰਕੇ, ਅੰਦਰੋਂ ਕੁੰਡੀ ਬੰਦ ਸੀ, ਔਰ ਜਦੋਂ ਇਹਨੇ ਖਿੜਕੀ 'ਚੋਂ ਦੇਖਿਆ ਤਾਂ ਇਹ ਦੋਨੇ ਲੜ ਰਹੇ ਸੀ, ਔਰ ਜਿਹੜਾ ਜਸਬੀਰ ਸਿੰਘ ਇਹ ਦੋਸ਼ੀ ਹੈ, ਇਹਨੇ ਇੱਕ ਪਲਾਸਟਿਕ ਦੀ ਰੱਸੀ ਦੇ ਨਾਲ ਗੁਰਮੀਤ ਕੌਰ ਦਾ ਜਿਹੜਾ ਗਲਾ ਬਹੁਤ ਮਤਲਬ ਘੁੱਟਿਆ ਹੋਇਆ ਸੀ, ਔਰ ਇਸ ਨੂੰ ਜਿਹੜਾ ਰੌਲਾ ਪਾਉਂਦੇ ਪਾਉਂਦੇ ਜਿਹੜਾ ਇਸਨੇ ਇਹਦਾ ਗਲਾ ਘੁੱਟ ਕੇ ਇਹਦਾ ਕਤਲ ਕਰ ਦਿੱਤਾ। ਇਹ ਪਿਛਲੇ ਕਰੀਬ 6-7 ਸਾਲ ਤੋਂ ਗੁਰਮੀਤ ਕੌਰ ਦੇ ਨਜਾਇਜ਼ ਸੰਬੰਧ ਜਿਹੜੇ ਜਸਬੀਰ ਸਿੰਘ ਨਾਲ ਸੀ, ਔਰ ਇਹਨਾਂ ਦਾ ਆਪਸ ਵਿੱਚ ਕਾਫੀ ਮੇਲਜੋਲ ਸੀ, ਔਰ ਹੁਣ ਇਹ ਜਿਹੜੀ ਗੁਰਮੀਤ ਕੌਰ ਹੈ ਇਸ ਨੂੰ ਰੋਕਦੀ ਸੀ ਕਿ ਇਸ ਦੇ ਘਰ ਵਿੱਚ ਨਾ ਆਇਆ ਕਰੇ। ਇਸੇ ਗੱਲ ਤੋਂ ਹੀ ਇਹਨਾਂ ਦੋਨਾਂ ਦਾ ਤਕਰਾਰ ਹੋਇਆ, ਔਰ ਇਸੇ ਰੰਜਿਸ਼ ਕਰਕੇ ਜਸਬੀਰ ਸਿੰਘ ਨੇ ਜਿਹੜਾ ਗੁਰਮੀਤ ਕੌਰ ਦਾ ਕਤਲ ਕਰ ਦਿੱਤਾ।